ਇੱਕ ਕਲਾਕਾਰ ਸੀ, ਮੈਨੂੰ ਉਹਦਾ ਨਾਂ ਭੁੱਲ ਗਿਆ ਆ, ਸਿੱਪੀ ਸਿੱਪੀ, ਉਹ ਕਹਿੰਦਾ ਨਹੀਂ ਨਹੀਂ ਇਹ ਪੁੱਠਾ ਸਵਾਲ, ਇਹ ਸਵਾਲ ਨਹੀਂ ਪੁੱਛਣਾ ਹੈਗਾ। ਪਰ ਦੀਪ ਨੇ ਕਿਹਾ ਨਹੀਂ ਅਸੀਂ ਇਹਦਾ ਜਵਾਬ ਦੇਵਾਂਗੇ। ਜਦੋਂ ਦੀਪ ਸਾਡੇ ਦਿਲਾਂ 'ਚ ਵਸਿਆ ਕਿ ਕੋਈ ਬੰਦਾ ਆਇਆ ਜਿਹਨੇ ਐਡੇ ਵੱਡੇ ਮੰਚ 'ਤੇ ਆ ਕੇ ਇਹ ਗੱਲ ਸਾਬਤ ਕਰਤੀ ਕਿ ਅਸੀਂ ਜਾਇਜ਼ ਹਾਂ, ਤੁਸੀਂ ਗਲਤ ਹੋ। ਦੀਪ ਨੂੰ ਲੋਕਾਂ ਨੇ, ਲੱਖਾਂ ਲੋਕਾਂ ਨੇ ਉੱਥੇ 5 ਲੱਖ 7 ਲੱਖ ਦਾ ਜਿਹੜਾ ਇਕੱਠ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਹੋਇਆ, ਉੱਥੋਂ ਦੀਪ ਨੂੰ ਕਿਸੇ ਨੇ ਆਵਾਜ਼ ਮਾਰ ਕੇ ਕਿਹਾ ਕਿ ਦੀਪ ਕੌਮ ਦਾ ਸ਼ਹੀਦ। ਅਸੀਂ ਨਹੀਂ ਕਿਹਾ ਦੀਪ ਨੂੰ ਕੌਮ ਦਾ ਸ਼ਹੀਦ, ਅਸੀਂ ਦੀਪ ਨੂੰ ਕੋਈ ਨਾਂ ਨਹੀਂ ਦਿੱਤਾ। ਮੈਂ ਦੀਪ ਨੂੰ ਨਾਂ ਦਿੱਤਾ ਆ ਪਰਸਨਲੀ ਕਿ ਦੀਪ ਕੌਮੀ ਯੋਧਾ ਆ, ਮੈਂ ਦੀਪ ਨੂੰ ਸ਼ਹੀਦ ਦਾ ਨਾਂ ਨਹੀਂ ਦਿੱਤਾ, ਉਹਦੀ ਕੌਮ ਨੇ ਉਹਨੂੰ ਸ਼ਹੀਦ ਦਾ ਨਾਂ ਦਿੱਤਾ, ਅਤੇ ਅਸੀਂ ਡਿਨਾਈ ਕਿਵੇਂ ਕਰ ਸਕਦੇ ਹਾਂ। ਰਹੀ ਗੱਲ ਦੀਪ ਦਾ ਪਰਿਵਾਰ ਕਹੇ ਕਿ ਦੀਪ ਸ਼ਹੀਦ ਆ ਤਾਂ ਕੋਈ ਗੱਲ ਨਹੀਂ ਮੰਨੀ ਜਾਊਗੀ, ਦੀਪ ਦਾ ਪਰਿਵਾਰ ਕਹੇ ਕਿ ਦੀਪ ਐਕਸੀਡੈਂਟ ਹੀ ਹੋਇਆ ਤਾਂ ਵੀ ਕੋਈ ਗੱਲ ਨਹੀਂ ਮੰਨੀ ਜਾਣੀ। ਰੀਨਾ ਰਾਏ ਆਉਂਦੀ ਸੀ ਉਹਦੇ ਇੱਕ ਉਸ ਦੋਸਤੀ ਸਿਸਟਮ ਦੇ ਵਿੱਚ, ਉਹਦੀ ਇੱਕ ਕੋ ਸਟਾਰ ਸੀਗੀ। ਇਸ ਕਰਕੇ ਇੱਕ ਸਾਲ ਬਾਅਦ ਕੋਈ ਕੁੜੀ ਟੀ ਵੀ 'ਤੇ ਆ ਕੇ ਆਪਣੇ ਹੀ ਜਿਹਨੂੰ ਉਹ ਕਹਿੰਦੀ ਕਿ ਮੇਰਾ ਦੋਸਤ ਸੀ ਦੀਪ, ਅਤੇ ਉਹਦੀ ਕਿਰਦਾਰ ਖੁਸ਼ੀ ਕਰ ਰਹੀ ਹੈ, ਕੋਈ ਆਹ ਨਹੀਂ ਹੈਗਾ, ਉਹ ਆਹ ਆ, ਉਹ ਆਹ ਆ, ਮੈਂ ਇਹੀ ਮੇਰਾ ਸਵਾਲ ਹੈ, ਕੋਈ ਸਾਬਤ ਕੀ ਕਰਨਾ ਚਾਹੁੰਦੀ ਆ ਉਹ ਸਾਡੀ ਧੀ ਜਿਹੜੀ ਆ ਕੁੜੀ ਆ, ਕੀ ਸਾਬਤ ਕਰਨਾ ਚਾਹੁੰਦੀ ਆ ਲੋਕਾਂ ਦੇ ਸਾਹਮਣੇ? ਇਹ ਮੇਰਾ ਸਵਾਲ ਆ ਕਿ ਜੇ ਉਹਨੇ ਕੋਈ ਗੱਲ ਕਰਨੀ ਆ ਤਾਂ ਉਹ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਆ, ਉਹ ਬਹਿ ਕੇ ਆ ਕੇ ਕਰ ਲਵੇ, ਮੈਨੂੰ ਮੇਰੇ ਆਹ ਰੋਸੇ ਨੇ, ਆਹ ਗਿਲੇ ਨੇ, ਮੇਰੇ ਨਾਲ ਗੱਲ ਕਰੋ। ਟੀ ਵੀ ਚੈਨਲ ਦੇ ਉੱਤੇ ਜਾ ਕੇ ਉਹਨੂੰ ਮਤਲਬ ਗੱਲ ਕਰਨੀ ਸੀ, ਇਹ ਮੈਂ ਤਾਂ ਵੇਖੋ ਇਹ ਸੋਚਿਆ ਸੀ ਕਿ ਬਖਸ਼ੀਸ਼ ਹੋਣੀ ਮਿਲੇ ਨਹੀਂ ਕਦੇ, ਨਹੀਂ ਜੀ ਮੈਂ ਕਦੇ ਨਹੀਂ ਮਿਲਿਆ, ਕਦੀ ਵੀ ਨਹੀਂ ਮਿਲਿਆ ਜੀ ਮੈਂ। ਪਰ ਫੋਨ 'ਤੇ ਗੱਲਬਾਤ ਹੋਈ ਨਹੀਂ ਜੀ ਮੇਰੀ, ਕਦੀ ਨਹੀਂ ਗੱਲ ਹੋਈ, ਐਵੇਂ ਝੂਠ ਮਾਰੀ ਉਹਨੇ ਬੇਟੀ ਨੇ, ਕਦੀ ਸਾਨੂੰ ਫੋਨ ਨਹੀਂ ਕੀਤਾ। ਪਰ ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ਦੇਸ਼ ਜਦੋਂ ਸ਼ਹੀਦ ਹੈ ਜਾਂ ਸ਼ਹੀਦ ਨਹੀਂ, ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਐਕਸੀਡੈਂਟ ਹੀ ਸੀ ਜਾਂ ਉਹ ਕਿਵੇਂ ਸੀ, ਕਿਉਂਕਿ ਇਸ ਗੱਲ ਦੇ ਉੱਤੇ ਜਿਹੜੀ ਮੇਰੀ ਇੱਕ ਤਾਂ ਦੁਨੀਆ ਦੀ ਸਟੇਟਮੈਂਟ ਹੈ, ਇੱਕ ਮੇਰੀ ਪਰਸਨਲ ਸਟੇਟਮੈਂਟ ਆ। ਮੇਰੀ ਪਰਸਨਲ ਸਟੇਟਮੈਂਟ ਇਹ ਆ ਕਿ ਕਿਸੇ ਵੀ ਬੰਦੇ ਦੀ, ਜਿਹੜਾ ਦੀਪ ਸਿੱਧੂ ਆ, ਜੇ ਤਾਂ ਉਹ ਫਿਲਮੀ ਕੈਰੀਅਰ 'ਚ ਹੀ ਮਾਰਿਆ ਜਾਂਦਾ ਅਤੇ ਉਹਨੂੰ ਕਿਸੇ ਨੇ ਕੁਛ ਨਹੀਂ ਸੀ ਕਹਿਣਾ, ਜਿਵੇਂ ਫਿਲਮੀ ਐਕਟਰ ਮਰ ਜਾਂਦੇ ਨੇ ਐਵੇਂ ਹੀ ਉਹਨੇ ਮਰ ਜਾਣਾ ਸੀ, ਸਿੱਧੀ ਜਿਹੜੀ ਸਪਸ਼ਟ ਗੱਲ ਹੈ, ਇਹਦੇ 'ਚ ਕੋਈ ਅਲੱਗ ਲਬੇੜ ਨਹੀਂ ਹੈਗਾ। ਜੇ ਉਹ ਐਕਟਿੰਗ ਕਰਦਾ ਮਾਰਿਆ ਜਾਂਦਾ ਤਾਂ ਇਹ ਗੱਲ ਨਹੀਂ ਸੀ ਹੋਣੀ, ਜੇ ਇਹ ਗੱਲ ਉੱਠੀ ਆ ਕਿ ਦੀਪ ਕੌਮੀ ਯੋਧਾ ਜਾਂ ਕੌਮੀ ਸ਼ਹੀਦ ਹੈ ਤਾਂ ਕਿਉਂ ਉੱਠੀ ਆ? ਇਹ ਇਸ ਕਰਕੇ ਉੱਠੀ ਆ ਕਿ ਦੀਪ ਸਿੱਧੂ ਨੇ ਲਾਲ ਕਿਲੇ ਦੇ ਉੱਤੇ ਜਦੋਂ ਝੰਡਾ ਚੜ੍ਹਿਆ ਆ, ਉਦੋਂ ਦੀਪ ਸਿੱਧੂ ਨੇ ਐਕਸੈਪਟ ਕੀਤਾ ਵੀ ਅਸੀਂ ਝੰਡਾ ਚੜ੍ਹਾਇਆ, ਅਤੇ ਇਕੱਲਾ ਦੀਪ ਸਿੱਧੂ ਇਸ ਗੱਲ ਲਈ ਉੱਥੇ ਹਾਜ਼ਰ ਰਿਹਾ ਕਿ ਅਸੀਂ ਕੀਤਾ ਆ, ਅਤੇ ਉਹਦੇ ਲਈ ਉਹਨੇ ਕੇਸ ਭੁਗਤਿਆ। ਕੇਸ ਭੁਗਤਣ ਤੋਂ ਬਾਅਦ ਉਹ ਬੰਦਾ ਜਦੋਂ ਸ਼ੁਰੂਆਤ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਜਿਹਦੇ ਵਿੱਚ ਕਾਫੀ ਪੰਜਾਬ ਦੇ ਕਲਾਕਾਰ ਸੀ, ਜਦੋਂ ਖਾਲਿਸਤਾਨ 'ਤੇ ਸਵਾਲ ਪੁੱਛਿਆ ਗਿਆ ਅਤੇ ਉਹਨਾਂ ਨੇ ਕਿਹਾ ਨਹੀਂ ਨਹੀਂ ਇਹ ਗੱਲ ਨਹੀਂ ਕਰਨੀ, ਜਿਹਦੇ ਵਿੱਚ ਲੱਖਾ ਸਿਧਾਣਾ ਵੀ ਸੀਗਾ, ਪਰ ਲੱਖੇ ਸਿਧਾਣੇ ਨੇ ਇਹ ਗੱਲ ਕਹੀ ਵੀ ਠੀਕ ਆ, ਕੋਈ ਜਵਾਬ ਦੇਵੇ ਜਾਂ ਕੋਈ ਗੱਲ ਕਰੇ, ਉਹਨੇ ਮਤਲਬ ਡਿਨਾਈ ਨਹੀਂ ਕੀਤੀ ਇਹ ਗੱਲ।